ਕਿਸਾਨ ਦੇ ਪੁੱਤ ਨੇ ਗੱਡੇ ਝੰਡੇ। ਪੈਰਾਲੰਪਿਕ ਚ ਹਰਵਿੰਦਰ ਸਿੰਘ ਨੇ ਕੀਤਾ ਕਮਾਲ, ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ। ਇੱਕ ਇੰਜੈਕਸ਼ਨ ਨੇ ਬਦਲ ਦਿੱਤੀ ਹਮੇਸ਼ਾ ਲਈ ਜ਼ਿੰਦਗੀ। ਪੈਰਿਸ ਪੈਰਾਲੰਪਿਕ ਚ ਭਾਰਤੀ ਐਥਲੀਟਾਂ ਦਾ ਜਲਵਾ ਜਾਰੀ ਹੈ। ਤੀਰ ਅੰਦਾਜ਼ ਹਰਵਿੰਦਰ ਸਿੰਘ ਨੇ ਕਮਾਲ ਕਰ ਦਿੱਤਾ। ਪੂਰੇ ਭਾਰਤ ਨੂੰ ਇਸ ਪੁੱਤ ਤੇ ਮਾਣ ਮਹਿਸੂਸ ਹੋ ਰਿਹਾ, ਕਿਉਂਕਿ ਪੈਰਾਲੰਪਿਕ ਦੇ ਇਤਿਹਾਸ ਚ ਪਹਿਲੀ ਵਾਰ ਤੀਰ ਅੰਦਾਜ਼ੀ ਚ ਕਿਸੇ ਭਾਰਤੀ ਨੇ ਗੋਲਡ ਮੈਡਲ ਜਿੱਤਿਆ। ਹਰਵਿੰਦਰ ਸਿੰਘ ਨੇ ਪੁਰਸ਼ਾਂ ਦੇ ਰਿਕਰਵ ਫਾਈਨਲ ਚ ਪੋਲੈਂਡ ਦੇ ਲੁਕਾਸ ਸਿਜ਼ੇਕ ਨੂੰ 6-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਹਰਵਿੰਦਰ ਲਈ ਇਸ ਅਹੁਦੇ ਤੱਕ ਪਹੁੰਚਣਾ ਆਸਾਨ ਨਹੀਂ ਸੀ। ਗੋਲਡ ਮੈਡਲ ਜਿੱਤਣ ਦੇ 20 ਦਿਨ ਪਹਿਲਾਂ ਹੀ ਹਰਵਿੰਦਰ ਸਿੰਘ ਦੀ ਮਾਂ ਜਹਾਨੋਂ ਤੁਰ ਗਈ। ਮੈਡਲ ਜਿੱਤਣ ਮਗਰੋਂ ਹਰਵਿੰਦਰ ਸਿੰਘ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ, ਜਿੱਥੇ ਉਹਨਾਂ ਨੇ ਕਿਹਾ, ਮੈਂ ਆਪਣੀ ਮਾਂ ਸਮੇਤ ਜ਼ਿੰਦਗੀ 'ਚ ਬਹੁਤ ਕੁਝ ਗਵਾਇਆ, ਇਸ ਲਈ ਮੈਨੂੰ ਇਹ ਸੋਨ ਤਗਮਾ ਮਿਹਨਤ ਅਤੇ ਮਾਂ ਦੇ ਆਸ਼ੀਰਵਾਦ ਨਾਲ ਮਿਲਿਆ। ਭਾਰਤ ਦੇ ਇਸ ਪੁੱਤ ਨੂੰ ਪੀਐਮ ਮੋਦੀ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ, ਸ਼ਲਾਘਾ ਕੀਤੀ ਅਤੇ ਪੂਰੇ ਭਾਰਤ ਨੂੰ ਇਸ ਪੁੱਤ 'ਤੇ ਮਾਣ ਹੈ। ਹੁਣ ਦੱਸਦੇ ਹਾਂ ਕਿ ਆਖਰ ਕੌਣ ਹੈ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਹਰਿਆਣਾ ਦਾ ਰਹਿਣ ਵਾਲਾ ਹੈ, ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਬਚਪਨ 'ਚ ਇੱਕ ਇੰਜੈਕਸ਼ਨ ਨੇ ਹਰਵਿੰਦਰ ਸਿੰਘ ਦੀ ਹਮੇਸ਼ਾ ਲਈ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਮਹਿਜ਼ 1.5 ਸਾਲ ਦੀ ਉਮਰ ਦੇ ਵਿੱਚ ਹਰਵਿੰਦਰ ਸਿੰਘ ਨੂੰ ਡੇਂਗੂ ਹੋਇਆ। ਜਦੋਂ ਇਲਾਜ ਲਈ ਉਹਨਾਂ ਨੂੰ ਟੀਕੇ ਲਾਏ ਗਏ ਤਾਂ ਬਦਕਿਸਮਤੀ ਨਾਲ ਇਹਨਾਂ ਟੀਕਿਆਂ ਦੇ ਮਾੜੇ ਪ੍ਰਭਾਵਾਂ ਕਰਕੇ ਉਹਨਾਂ ਦੀ ਲੱਤਾਂ ਦੀ ਤਾਕਤ ਜੋ ਆਮ ਇਨਸਾਨਾਂ ਦੀ ਹੁੰਦੀ ਹੈ ਉਹ ਨਹੀਂ ਰਹੀ। ਸ਼ੁਰੂਆਤੀ ਚੁਣੌਤੀਆਂ ਦੇ ਬਾਵਜੂਦ ਉਸਨੇ ਤੀਰ ਅੰਦਾਜ਼ੀ ਜਾਰੀ ਰੱਖੀ ਅਤੇ 2017 ਪੈਰਾ ਤੀਰ ਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ 'ਚ ਡੈਬਿਊ ਕਰਕੇ 7ਵਾਂ ਸਥਾਨ ਹਾਸਲ ਕੀਤਾ। ਹਰਵਿੰਦਰ ਸਿੰਘ ਦੇ ਇਸ ਸੰਘਰਸ਼ 'ਚ ਉਹਨਾਂ ਦੇ ਪਿਤਾ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ। ਕੋਰੋਨਾ ਵਾਇਰਸ ਦੇ ਦੌਰਾਨ ਜਦੋਂ ਲੋਕਡਾਊਨ ਹੋਇਆ ਤਾਂ ਉਹਨਾਂ ਦੇ ਪਿਤਾ ਨੇ ਆਪਣੇ ਖੇਤਾਂ ਨੂੰ ਇੱਕ ਤੀਰ ਅੰਦਾਜ਼ੀ ਰੇਂਜ 'ਚ ਤਬਦੀਲ ਕਰ ਦਿੱਤਾ ਤਾਂ ਜੋ ਉਹਨਾਂ ਦਾ ਪੁੱਤ ਪ੍ਰੈਕਟਿਸ ਕਰ ਸਕੇ। ਜੇਕਰ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਹਰਵਿੰਦਰ ਸਿੰਘ ਤੀਰਅੰਦਾਜ਼ੀ ਦੇ ਨਾਲ ਨਾਲ ਅਰਥ ਸ਼ਾਸਤਰ 'ਚ PhD ਦੀ ਡਿਗਰੀ ਵੀ ਕਰ ਰਹੇ ਨੇ। ਕਹਿੰਦੇ ਨੇ ਨਾ, ਜਦੋਂ ਹਿੰਮਤ ਅਤੇ ਜਨੂੰਨ ਹੋਵੇ ਤਾਂ ਕੋਈ ਚੀਜ਼ ਨਾਮੁਮਕਿਨ ਨਹੀਂ ਹੁੰਦੀ। ਹਰਵਿੰਦਰ ਸਿੰਘ ਨੇ ਆਪਣੀ ਜਿੱਤ ਨਾਲ ਪੂਰੀ ਦੁਨੀਆ 'ਚ ਭਾਰਤ ਦਾ ਪਰਚਮ ਲਹਿਰਾ ਦਿੱਤਾ।